कई बार ना बिच अगला कमेंट करन लग गया ना, हाँ जी अपना असूल है वीरे मेरी कार जिन्नी चली हो जे 2 लाख चली हुई है ना तद मैं 2 लाख चली ही दिना, मैं कदे भी ठीक है मीटर बैक अज तक का कह लो भी पंजाबी च कहने हुंदे भी मैं सौ भी खा सकदा ठीक है हाँ, पर जी मैं अगले नूं जदों चीज बेचदा मैं अगले नूं ये चीज क्लीयर कर दिंदा हुंदा वीरे भी देख मैं नहीं करिया, हाँ पर जे जी पहलां किसी ने करिया होवे तुसीं मैनूं कहो है ना भी मीटर बैक की आपां गरंटी नहीं दिंदे, हाँ इंजन गेयर पर बिल्कुल ओके आ, इंजन गेयर दी गारंटी हाँ है। इंजन गेयर बिल्कुल ओके आ, मैं मीटर बैक करिया नहीं जिन्नी आ एज इट 1,25,000 ਤੇ 2009 ਮਾਡਲ ਸਵਿਫਟ ਹੈ ਜਿਹੜਾ ਤੁਹਾਨੂੰ ਕੰਮ ਦਿਖਦਾ ਇਹ ਹੋ ਕੇ ਮਿਲ ਜੂ। ਠੀਕ ਹੈ ਬਾਈ ਜੀ, ਹਾਂਜੀ ਹਾਂਜੀ ਵੀ ਦੋਸਤੋ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ, ਉਮੀਦ ਆ ਸਾਰੇ ਠੀਕ ਹੋਵੋਗੇ। ਅੱਜ ਆਪਾਂ ਖੜਾ ਪਿੰਡ ਵਾਲੀਆ ਜ਼ਿਲ੍ਹਾ ਸੰਗਰੂਰ, ਸੰਗਰੂਰ ਤਹਿਸੀਲ ਧੂਰੀ, ਤਹਿਸੀਲ ਧੂਰੀ ਉਹ ਫਿਰ ਉਧਰਲੀ ਵਾਲੀਆਂ ਸਮਝਾਂ ਤੱਕ ਲੱਗ ਗਈ ਵਾਰੀ ਬਹੁਤ ਲੋ ਜੀ। ਜ਼ਿਲ੍ਹਾ ਸੰਗਰੂਰ ਤਹਿਸੀਲ ਧੂਰੀ ਹੈ ਤੇ ਬਾਈ ਹੋਰਾਂ ਲਵੇ ਬਹੁਤ ਘੈਂਟ ਘੈਂਟ ਕਾਰਾਂ ਦੇ ਰੀਜ਼ਨੇਬਲ ਰੇਟਾਂ ਦੇ ਮਿਲਣਗੀਆਂ, ਤੁਸੀਂ ਪਛਾਣ ਗਏ ਹੋਵੋ ਕਿਉਂਕਿ ਬਾਈਆਂ ਦੇ ਵੀਡੀਓ ਬਹੁਤ YouTube Facebook ਤੇ ਬਹੁਤ ਵਧੀਆ ਵਧੀਆ ਚੱਲੀਆਂ ਹੋਈਆਂ ਨਾ ਵੀਰੇ। ਹਾਂਜੀ ਵੀਰੇ, ਤੇ ਬਾਕੀ ਬਾਈ ਜੀ ਰੇਟ ਪੱਖੋਂ ਤਾਂ ਬਾਈ ਹੋਰਾਂ ਦਾ ਕਿਆ ਹੀ ਕਹਿਣੇ ਨੇ, ਤੇ ਅੱਜ ਬਾਈ ਨਾਲ ਪੁੱਛਦੇ ਆ ਬਾਈ ਜੀ ਕਿਹੋ ਜਿਹੇ ਰੇਟ ਰਹਿਣਗੇ। ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਠੀਕ ਠਾਕ ਹੋ? ਹਾਂਜੀ ਵਧੀਆ ਜੀ, ਠੀਕ। ਐਤਕੀ ਫੇਰ ਰੇਟ ਅੱਗ ਲਾਉਂਦੇ ਨੇ ਨਾ? ਬਸ ਪੂਰੇ ਘੈਂਟ ਹੀ ਹੋਣਗੇ। ਠੀਕ ਹੈ ਵੀਰੇ, ਤੇ ਬਾਈ ਜੀ ਜਿਹਨੇ ਘੈਂਟ ਰੇਟ ਦੇ ਵਿੱਚ ਘੈਂਟ ਕਾਰਾਂ ਲੈਣੀਆਂ, ਠੀਕ ਹੈ ਜੀ, ਕਾਲ ਕਰ ਲਿਓ ਤੇ ਆਪਾਂ ਪਹਿਲੀ ਕਾਰ ਸਿਆਜ ਆ ਬਾਈ ਲਵੇ ਉਹ ਤੋਂ ਸ਼ੁਰੂ ਕਰ ਦਿਆਂਗੇ, ਠੀਕ ਹੈ। ਥੋੜ੍ਹਾ ਹਨੇਰਾ ਹੋਊਗਾ, ਐਡਜਸਟ ਕਰ ਲਿਓ ਕਿਉਂਕਿ ਸ਼ਾਮ ਦਾ ਟਾਈਮ ਆਗਾ, ਤੇ ਸਿਆਜ ਗੱਡੀ ਹੈ ਵੀਰੇ ਆਪਣੇ ਲਈ ਹੈ ਨਾ? ਹਾਂਜੀ ਬਾਈ। ਕਿੰਨਾ ਮਾਡਲ ਹੈ ਇਹ ਵੀਰੇ? 2014 ਦਸੰਬਰ 15 ਰਜਿਸਟਰਡ ਆ ਜੀ। 14/15, ਹਾਂ, ਜਿਹਨੂੰ ਮਤਲਬ ਆਪਾਂ ਕਹਿੰਦੇ ਵੀ 14 ਦਸੰਬਰ ਦੀ ਮੈਨੂਫੈਕਚਰ ਆ, 15 ਦੀ ਰਜਿਸਟਰਡ ਆ ਜੀ ਗੱਡੀ। ਓਕੇ, ਥੋੜਾ ਰੇਤਾ ਰੂਤਾ ਤਾਂ ਪਿਆ ਮੀਂਹ ਕਰਕੇ ਕਰੀ ਖੜੀ ਨੇ ਕਰ, ਟਾਇਰ ਮੈਨੂੰ ਨਵੇਂ ਲੱਗਦੇ ਨੇ ਨਾ ਵੀਰੇ? ਟਾਇਰ ਯੋਕੋਹਾਮਾ ਦੇ ਵੀਰੇ, ਚਾਰੇ ਬਿਲਕੁਲ ਨਵੇਂ ਟਾਇਰ ਨੇ ਗੱਡੀ ਦੇ, ਸਰਵਿਸ ਤੱਕ ਹੋਈ ਹੋਈ ਹੈ ਸਭ ਕੁਝ। ਯੋਕੋਹਾਮਾ ਦੇ, ਠੀਕ ਹੈ ਬਾਈ ਜੀ। ਹਾਂਜੀ, ਤੇ ਓਪਨ ਕਾਰ ਹੈ? ਹਾਂਜੀ ਹਾਂਜੀ ਹਾਂਜੀ, ਲਓ ਜੀ ਓਪਨ ਕਾਰ, ਠੀਕ ਹੈ। ਇਹ ਵੀਡੀਆਈ ਵੇਰੀਐਂਟ ਵੀਰੇ? ਵੀਡੀਆਈ ਪਲੱਸ ਜੀ, ਵਿੱਚ 에ਅਰਬੈਗ ਆ ਜਾਂਦਾ, ਸਟੀਅਰਿੰਗ ਕੰਟਰੋਲ ਆ ਜਾਂਦਾ, ABS ਬ੍ਰੇਕ ਆ ਜੀ। ਲਓ ਜੀ ਬਾਈ ਜੀ, ਦੇਖੋ ਚੱਲੀ ਕਿੰਨੀ ਕੋਈ ਵੀਰੇ? ਚੱਲੀ 1,35,36,000 ਰੁਪਏ। 1,35,36,000 ਪੇਂਟ ਸ਼ੇਂਟ ਹੈਗੀ ਹਲਕੀ ਫੁਲਕੀ? ਸਾਡਾ ਵੀਰੇ ਹੈਗੀ ਆਪਣੀ ਆਦਤ, ਆਪਾਂ ਅੱਗੇ ਵੀ ਵੀਡੀਓ 'ਚ ਕਹਿੰਦੇ ਆ ਵੀਰੇ ਵੀ ਜੋ ਚੀਜ਼ ਆ ਦੱਸ ਕੇ ਕਹਿ ਕੇ ਦੇਵਾਂਗੇ। ਓਕੇ, ਇੰਜਨ ਗੇਅਰ ਤਾਂ ਵਧੀਆ? ਇੰਜਨ ਗੇਅਰ ਓਕੇ ਆ, ਬਿਲਕੁਲ 100% ਓਕੇ ਆ। ਠੀਕ ਹੈ ਜੀ, ਲਓ ਜੀ ਇੰਜਨ ਗੇਅਰ ਬਾਈ ਕਹਿੰਦਾ ਵਧੀਆ, ਬਾਕੀ ਪ੍ਰੋਜੈਕਟਰ ਲਾਈਟਾਂ ਦੇ ਵਿੱਚ ਆਪਾਂ ਨੂੰ ਕਾਰ ਆਉਂਦੀ ਹੈਗੀ ਇਹ, ਤੇ 1,25,00,000 ਦੇ ਗੇਟ 'ਤੇ ਜਿਹੜੀ ਕਾਰ ਚੱਲੀ ਹੋਈ ਹੈ ਜਿਵੇਂ ਬਾਈ ਦੱਸ ਰਿਹਾ ਤੁਹਾਨੂੰ, ਠੀਕ ਹੈ ਜੀ, ਤੇ ਕੰਡੀਸ਼ਨ ਤੁਹਾਡੇ ਸਾਹਮਣੇ ਆ ਬਾਈ ਜੀ, ਤੇ ਓਵਰਆਲ ਬਾਈ ਜੀ ਕੋਈ ਹੋਰ ਗੱਲਬਾਤ ਕਾਰ ਬਾਰੇ? ਵਧੀਆ ਵੀਰੇ, ਕੋਈ ਕੋਈ ਕੰਮ ਨਹੀਂ ਹੁੰਦਾ ਕਾਰ ਦਾ, ਕੋਈ ਸਸਪੈਂਸ਼ਨ ਪੱਖੋਂ ਕੁਛ ਵੀ ਕਹਿ ਲਓ ਗੱਲ। ਓਕੇ ਜੀ, ਓਕੇ, ਲਓ ਜੀ ਟਾਇਰ ਵਧੀਆ, ਠੀਕ ਹੈ ਜੀ, 8 ਲੀਟਰ ਕਾਰ ਸਹੀ ਆ ਬਾਈ ਕਹਿੰਦਾ, ਤੇ ਕਿੰਨਾ ਰੇਟ ਆ ਵੀਰੇ ਕਾਰ ਦਾ? ਇਹ ਵੀਰੇ ਆਪਾਂ ਨੂੰ ਆਪਣੇ ਰੇਟ ਫਿਕਸ ਹੁੰਦੇ ਅੱਗੇ ਵੀ, ਵੈਸੇ ਆਪਾਂ ਵੀਡੀਓ 'ਚ ਬੋਲ ਹੀ ਦਿੰਦੇ ਆ, ਫਿਰ ਕਈ ਵਾਰ ਨਾ ਅਗਲਾ ਕਹਿਣ ਲੱਗ ਜਾਂਦਾ ਬਾਈ ਇਹ ਡਿਮਾਂਡ ਵਾਲਾ ਰੇਟ ਹੈ ਨਾ, ਫਿਕਸ ਰੇਟ ਨਾ, ਰੇਟ ਫਿਕਸ ਹੁੰਦੇ ਆ ਘਟਾ ਕੇ, ਜਿਵੇਂ ਹੁਣ ਆਪਾਂ ਜੇ ਪੁੱਛਦੇ ਬਾਈ ਜੀ ਕਿੰਨੇ ਦੀ ਦਊਂਗੇ, ਹਾਂ ਹੋਰ ਰੇਟ ਦੱਸੋ। ਹਾਂ, ਇਹ ਆਪਾਂ ਤੁਹਾਨੂੰ 3,75,000 ਦੀ ਦੇ ਦਾਂਗੇ ਵਿਦ ਐਨਓਸੀ ਪੰਜਾਬ। ਠੀਕ ਹੈ ਜੀ, ਲਓ ਜੀ 3,75,000 ਦੀ ਵਿਦ ਐਨਓਸੀ ਪੰਜਾਬ ਦੀ। ਲਓ ਜੀ ਆ ਗਈ ਹੁਣ ਫਿਰ ਫੋਰਚੂਨਰ, ਇਹਦੀ ਕੀ ਰਿਟੇਲ ਹੈ ਵੀਰੇ? ਇਹ ਵੀਰੇ 2010 ਮਾਡਲ ਹੈ ਜੀ, ਸੈਕਿੰਡ ਓਨਰ ਹੈ ਜੀ, VIP ਨੰਬਰ ਹੈ ਜੀ, 4x4 ਆ ਵੀਰੇ। 4x4, ਹਾਂ, ਹਰ ਵਾਰ ਦੀ ਤਰ੍ਹਾਂ ਲਿਆਉਂਦੇ ਤਾਂ ਆਪਾਂ ਘਰੇ ਰੱਖਣ ਨਹੀਂ ਹੁੰਦੇ ਆ, ਪਰ ਜਦੋਂ ਤੁਸੀਂ ਵੀਡੀਓ 'ਚ ਪਾ ਦਿੰਦੇ ਹੋ ਤੁਸੀਂ ਪਹਿਲਾਂ ਚਿੱਟੀ ਪਾਈ ਫਿਰ ਆਪਣੀ ਇੱਕ ਕਾਲੀ ਪੰਜਾਬ ਨੰਬਰ ਵਾਲੀ ਪਾਈ, ਹੁਣ ਇਹਦੀ ਤੀਜੀ ਦੀ ਵਾਰੀ ਆ ਗਈ। ਠੀਕ ਹੈ ਜੀ, ਲਿਆਉਂਦਾ ਤਾਂ ਮੈਂ ਘਰੇ ਰੱਖਣ ਹੁੰਦਾ ਯਾਰ। ਬਾਈ ਜੀ ਅੱਗੇ ਵੀ ਬੰਦੇ ਨੇ ਘਰ ਹੀ ਰੱਖਣੇ, ਤੁਸੀਂ ਸੌਕ ਪੂਰਾ ਕਰ ਲਿਆ ਅਗਲੇ ਬੰਦੇ ਪੂਰੇ ਕਰ ਲਿਆ, ਚਲੋ ਐਂ ਹੁੰਦਾ ਵੀ, ਹੈ ਨਾ ਜੀ। ਲਓ ਜੀ ਟੱਚ ਸਕਰੀਨ ਲੱਗਿਆ, 4x4 ਹੈ, ਕੰਡੀਸ਼ਨ ਏਵਨ ਹੈ? ਪੂਰੀ ਵਧੀਆ ਵੀਰੇ, ਟੋਟਲ ਕੰਮ ਗੱਡੀ ਦਾ ਲਗਭਗ ਫੁੱਲ ਕੰਮ ਆਪਾਂ ਜਿੰਨਾ ਹੋਣ ਵਾਲਾ ਸੀਗਾ ਆਪਣੇ ਸਾਰਾ ਕਰਵਾਤਾ। A2 ਚੱਲੀ ਕਿੰਨੀ ਹੋਈ ਸੀ? ਇਹ ਚੱਲੀ ਵੀ ਆ ਵੀਰੇ ਮੀਟਰ ਦੇ 1,65,000 ਚੱਲੀ ਵੀ ਆ, ਮੈਂ ਵੀਡੀਓ 'ਚ ਕਲੀਅਰ ਕਰਦਾ ਕਈ ਵਾਰ ਨਾ ਵਿੱਚ ਅਗਲਾ ਕਮੈਂਟ ਕਰਨ ਲੱਗ ਜਾਂਦਾ ਹੈ ਨਾ, ਆਪਣਾ ਅਸੂਲ ਆ ਵੀਰੇ ਮੇਰੀ ਕਾਰ ਜਿੰਨੀ ਚੱਲੀ ਹੋਊ ਜੇ 2 ਲੱਖ ਚੱਲੀ ਹੋਈ ਹੈ ਨਾ ਤਦ ਮੈਂ 2 ਲੱਖ ਚੱਲੀ ਹੀ ਦਿੰਦਾ, ਮੈਂ ਕਦੇ ਵੀ ਮੀਟਰ ਬੈਕ ਅੱਜ ਤੱਕ ਦਾ ਕਹਿ ਲਓ ਵੀ ਪੰਜਾਬੀ 'ਚ ਕਹਿੰਦੇ ਹੁੰਦੇ ਵੀ ਮੈਂ ਸੌ ਵੀ ਖਾ ਸਕਦਾ, ਹਾਂ, ਪਰ ਮੈਂ ਅਗਲੇ ਨੂੰ ਜਦੋਂ ਚੀਜ਼ ਵੇਚਦਾ ਮੈਂ ਅਗਲੇ ਨੂੰ ਇਹ ਚੀਜ਼ ਕਲੀਅਰ ਕਰ ਦਿੰਦਾ ਹੁੰਦਾ ਵੀਰੇ ਵੀ ਦੇਖ ਮੈਂ ਨਹੀਂ ਕਰਿਆ, ਪਰ ਜੇ ਪਹਿਲਾਂ ਕਿਸੇ ਨੇ ਕਰਿਆ ਹੋਵੇ ਤੁਸੀਂ ਮੈਨੂੰ ਕਹੋ ਹੈ ਨਾ ਵੀ ਮੀਟਰ ਬੈਕ ਦੀ ਆਪਾਂ ਗਰੰਟੀ ਨਹੀਂ ਦਿੰਦੇ, ਹਾਂ ਇੰਜਨ ਗੇਅਰ ਪਰ ਬਿਲਕੁਲ ਓਕੇ ਆ, ਇੰਜਨ ਗੇਅਰ ਦੀ ਗਰੰਟੀ, ਹਾਂ ਇੰਜਨ ਗੇਅਰ ਬਿਲਕੁਲ ਓਕੇ ਆ, ਮੈਂ ਮੀਟਰ ਬੈਕ ਕਰਿਆ ਨਹੀਂ ਜਿੰਨੀ ਆ ਐਜ਼ ਇਟ ਆ। ਠੀਕ ਹੈ, ਲਓ ਜੀ 1,65,000 ਆ, ਠੀਕ ਹੈ ਜੀ, ਮੀਟਰ ਇਹਦਾ, ਤੇ ਬਾਕੀ ਟਾਇਰਾਂ ਦੀ ਕੰਡੀਸ਼ਨ? ਫਰੰਟ ਵਾਲੇ ਵੀਰੇ 70% ਨੇ, ਬੈਕ ਵਾਲੇ 45-50 ਨੇ, ਹੋ ਸਕਦਾ ਮੈਂ ਬੈਕ ਵਾਲੇ ਪਵਾ ਦਾਂ, ਪਿਛਲੀਆਂ ਲਾਈਟਾਂ ਵੀ ਮੈਂ ਨਵੇਂ ਮਾਡਲ ਦੀਆਂ ਹੋ ਸਕਦਾ ਤੁਹਾਨੂੰ ਦੇ ਦਾਂਗੇ ਵਿੱਚ ਪਵਾ ਕੇ, ਮੈਂ ਪਵਾਉਣੀਆਂ ਨੇ। ਓਕੇ ਜੀ, ਹਾਂਜੀ, ਬੈਟਰੀ ਨਵੀਂ ਰੱਖਾਂਗੇ। ਕਿੰਨਾ ਮੁੱਲ ਆ ਕਰ ਦੇਦਾ ਇਹ ਵੀਰੇ? ਆਪਾਂ ਨੂੰ ਐਨਓਸੀ ਨਾ ਪੈ ਜੂ, ਯੈਸ ਨੋ, 6,75,000 ਰੁਪਏ ਦੀ। 2010 ਮਾਡਲ ਦੇ ਦੂੰਗਾ, ਜਿਹੜਾ ਗੱਡੀ ਦਾ ਮੈਂ ਸਸਪੈਂਸ਼ਨ, ਸਰਵਿਸ, ਬੈਟਰੀ ਨਵੀਂ, ਜਿੰਨਾ ਵੀ ਕਹਿ ਲਓ ਆਪਾਂ ਕੰਮ ਕਰਾਇਆ, 40,000 ਉੱਤੇ ਲਾਇਆ ਆਪਣੇ ਕੋਲ ਘਰੇ ਚੱਲ ਰਹੀ। ਠੀਕ ਹੈ ਜੀ, ਆਪਾਂ ਕਹਿ ਦਈਏ ਬਾਈ ਜੀ ਹੁਣ 8 ਲੱਖ ਤੋਂ ਥੱਲੇ ਵਾਲੀ ਰੇਂਜ ਆ ਗਾ ਰਹੇ। ਹਾਂ, ਜਿਹਨੇ ਫੋਰਚੂਨਰ ਦਾ ਵੀਰੇ ਸ਼ੌਂਕ ਪੂਰਾ ਕਰਨਾ ਹੈ ਨਾ, ਜਿਹੜਾ ਬੰਦਾ ਬਿਆਸ ਸੋਚਦਾ
ਠੀਕ ਹੈ ਜੀ ਮੈਂ ਥੋੜਾ ਸੋਚਦਾ ਵੀ ਘੱਟ ਪੈਸੇ ਦੇ ਸ਼ੌਕ ਪੂਰਾ ਕਰ ਲਈਏ ਨਾ ਦੇਖੋ ਥਾਰ ਵੀ ਵੇਚਣੀ ਆ ਆਹ ਵੇਚਦਾ ਕਿ ਉੱਪਰ ਮੈਂ ਹਜੇ ਯਾਰ ਮੋਡੀਫਾਈ ਕਰਾਉਣੀ ਅਸਲ ਮੈਂ ਪਹਿਲਾਂ ਦੋ ਚਾਰ ਵਾਰ ਗਾਹਕ ਆਏ ਆ ਹੈ ਨਾ ਮੈਂ ਥੋੜਾ ਮੈਨੂੰ ਆਏ ਸੀ ਮੈਂ ਚੇਂਜ ਕਰਾਉਣੀ ਇਹਦਾ ਡੈਸ਼ਬੋਰਡ ਨਵੇਂ ਮਾਡਲ ਦਾ ਮੈਨੂੰ ਅਸੀਂ ਹਜੇ ਆਪਦੇ ਹੀ ਨਹੀਂ ਸ਼ੌਕ ਪੂਰਾ ਕਰਿਆ ਪਰ ਟਾਈਮ ਹੀ ਨਹੀਂ ਲੱਗਿਆ ਅਸੀਂ ਖੜੀ ਆ ਉਹ ਸਕੂਟਰ ਤਿਆਰ ਕਰਾਉਣਾ ਹਜੇ ਖਾਸਾ ਕੁਝ ਪਿਆ ਹੈ ਮਾਡਲ ਸੀ 15 ਮਾਡਲ ਇਹ ਵੈਸੇ 15 ਮਾਡਲ ਆ ਵੀਰੇ ਸੀ ਆਰ ਡੀ ਓਰੀਜਨਲ ਥਾਰ ਆ 30 ਤੱਕ ਪਾਸ ਆ ਮਾਡਲ ਬਹੁਤ ਉੱਚਾ ਕਿਉਂਕਿ ਜੇ ਆਮ ਵੀਰੇ ਆਪਾਂ ਦੇਖੋ ਮੋਡੀਫਾਈ ਵਾਲੇ ਵੀ ਲੈਣ ਜਾਂਦੇ ਵੀਰੇ ਤੁਹਾਨੂੰ 5-5-6 ਲੱਖ ਤੋਂ ਘੱਟ ਮਿਲਦੀਆਂ ਨੇ ਜਿਹੜੀਆਂ ਆਰਮੀ ਵਾਲੀਆਂ ਹੁੰਦੀਆਂ ਸਹੀ ਗੱਲ ਹੈ ਇਹ ਫਿਰ ਵੀ ਓਰੀਜਨਲ ਥਾਰ ਆ ਸੀ ਆਰ ਡੀ ਮੁੱਲ ਕਿੰਨਾ ਦਾ ਇਹ ਵੀਰੇ 4,85,000 4,85,000 NOC ਨਾਲ ਹਰਿਆਣਾ ਨੰਬਰ ਹੈ 15 ਮਾਡਲ ਆ ਸੀ ਆਰ ਡੀ ਠੀਕ ਹੈ ਜੀ ਤੇ ਆ ਜੇ ਮੈਂ ਫੋਰਚੂਨਰ ਦਾ ਓਨਰ ਭੁੱਲ ਗਿਆ ਸੀ ਕਿੰਨਾ ਓਨਰ ਹੈ ਸੈਕਿੰਡ ਸਿਆਜ਼ ਇਹ ਥਰਡ ਥਰਡ ਓਨਰ ਤੇ ਉਸ ਤੋਂ ਬਾਅਦ ਆ ਗਈ ਵਰਨਾ ਵੀਰੇ ਇਹ ਵਰਨਾ ਵੀਰੇ 2012 ਮਾਡਲ ਹਾਂਜੀ ਡਬਲ 에ਅਰ ਬੈਗ ਪੰਜੋ ਕੰਪਨੀ ਅਲਾਈ ਟਾਇਰ ਇੰਸ਼ੋਰੈਂਸ 7,00,000 ਓਰੀਜਨਲ ਚੱਲੀ ਓਕੇ ਫਸਟ ਓਨਰ ਪਹਿਲੇ ਨਾਲ ਦੀ ਹਾਂਜੀ ਸਾਰੇ ਸ਼ੀਸ਼ੇ ਟੂ ਜੈਡ ਨਾਲ ਦੇ ਪਹਿਲੇ ਤੋਂ ਲੈ ਕੇ ਉੱਤੋਂ ਨਹੀਂ ਘੁੰਮ ਜੋ ਚਾਹੇ ਠੀਕ ਹੈ ਜੀ ਲਓ ਜੀ ਇਹ ਦਫ਼ਤਰ ਚੱਲ ਰਹੀ ਹੈ ਉਹ ਪਿੱਛੇ ਸਮਾਨ ਪਿਆ ਮੇਰਾ ਦਫ਼ਤਰ ਚੱਲਦੀ ਹੈ ਠੀਕ ਹੈ ਜੀ ਲਓ ਜੀ ਦੇਖੋ ਸੀਟਾਂ ਵਗੈਰਾ ਵਧੀਆ ਪਈਆਂ ਹੋਈਆਂ ਠੀਕ ਹੈ ਜੀ ਇੰਸ਼ੋਰੈਂਸ ਕਰਾਇਆ ਹੋਇਆ ਸਰਵਿਸ ਕਰਾਈ ਵੀ ਹੈ ਇਹ ਕਾਰ ਤੇ ਇੱਕ ਪੈਸਾ ਵੀ ਨਹੀਂ ਲਾਉਣਾ ਸਿੰਗਲ ਓਕੇ ਜੀ ਹਾਂਜੀ ਕਿੰਨਾ ਮੁੱਲ ਹੈ ਰੇਟ ਫਿਕਸ 3,25,000 ਦਸੰਬਰ 14 ਮਾਡਲ ਸੀਗੀ ਜੀ ਸਪੋਰਟਸ ਮਾਡਲ ਸੀਗੀ ਇਹ ਵੈਸੇ ਆਪਣਾ 3,25,000 ਫਿਕਸ ਸੀਗਾ ਤੇ 3,20,000 ਚ ਦੇਤੀ ਪਲੱਸ ਬਾਈ ਨਾਲ ਪਿਆਰ ਜ਼ਿਆਦਾ ਸੀ ਬਾਈ ਕਹਿੰਦਾ ਵੀ ਲਾਈਟਾਂ ਨਵੀਆਂ ਪਾ ਦੋ ਲਾਈਟਾਂ ਨਵੀਆਂ ਪਾਤੀਆਂ ਜਾਨੀ ਜੋ ਬੰਦੇ ਦੀ ਡਿਮਾਂਡ ਸੀਗੀ ਆਪਾਂ ਨੇ ਬੰਦੇ ਨੂੰ ਕਰਕੇ ਦੇਤੀ ਲਓ ਜੀ ਠੀਕ ਹੈ ਇਹ ਬਿੱਗੀ ਇੱਕ ਆ ਕਿ ਮੈਂ ਆਈ ਲੱਗਦੀ ਆ ਬੰਦਾ ਨਾ ਇਹ ਵੀਰੇ ਆਈ ਵੀ ਆ ਬਾਕੀ ਇਹ ਤਾਂ ਕਹਿੰਦੇ ਹੁੰਦਾ ਵੀ ਬਸ ਮੋਟਰਸਾਈਕਲ ਹੀ ਮੰਨ ਲਓ ਵੀ ਤੁਸੀਂ ਕਿਹੜਾ ਮਾਡਲ ਹੈ ਇਹ ਵੀਰੇ 2009 ਮਾਡਲ ਹੈ ਜੀ ਹਾਂਜੀ LD ਆਈ ਆ ਓਕੇ ਠੀਕ ਹੈ ਇੰਜਨ ਗੇਅਰ ਬਿਲਕੁਲ ਓਕੇ ਆ ਟਾਇਰ ਵਧੀਆ ਨੇ ਸਿਰਫ ਇੱਕ ਤਾਂ ਬੰਪਰ ਤੇ ਹਲਕਾ ਜਿਹਾ ਕਰੈਕ ਹੈ ਆਪਾਂ ਕਰਾ ਕੇ ਦੇ ਦਾਂਗੇ ਹਲਕਾ ਜਿਹਾ ਬੋਰਨਟ ਆ ਹਨਾ ਬੋਰਨਟ ਤੇ 1500 ਰੁਪਏ ਲੱਗਣਾ ਬੋਨਟ ਪੇਂਟ ਹੋ ਜਾਣਾ ਠੀਕ ਹੈ ਲੋ ਜੀ ਬੋਨਟ ਪੇਂਟ ਹੋ ਜੂ ਤੁਹਾਨੂੰ ਬੰਪਰ ਮਿਲ ਜੂ ਸਹੀ ਹੋ ਕੇ ਮਤਲਬ ਵੀ ਚਿੱਬ ਖੜਿੱਬ ਕੱਢ ਕੇ ਦਵਾਂਗੇ ਬਸ ਦੋ ਹੀ ਨੇ ਬਾਬਾ ਕੋਈ ਬਾਹਲਾ ਹੀ ਨਹੀਂ ਹੈਗਾ ਇੱਕ ਤਾਂ ਹੁਣ ਵੀ ਸਾਰੀ ਗੋਡੇ ਪਿੱਲਰ ਸਾਰੇ ਸਾਫ ਸੁਥਰੇ ਆ ਸ਼ੀਸ਼ੇ ਸਾਰੇ ਨਾਲ ਦੇ ਆ ਠੀਕ ਹੈ ਜੀ ਠੀਕ ਹੈ ਚਲ LDA 20 ਬਾਈ ਦੀ ਐਵਰੇਜ ਕਿੰਨਾ ਮੁੱਲ ਹੈ ਰੇਟ ਫਿਕਸ 1,25,000 7,00,000 ਰੁਪਏ ਦੀ 7,00,000 ਮਾਡਲ ਸੀਗਾ 2009 24 ਤੱਕ ਪਾਸਿੰਗ NOC ਪੰਜਾਬ ਦੀ ਕਟੀ ਵੀ ਹੈ PB ਨੰਬਰ ਵੀ ਲੱਗ ਜੂਗਾ ਜਿਹਨੇ ਆਈ ਚਲਾਉਣੀ ਹੈ ਅਗਲਾ ਹੁੰਦਾ ਵੀ ਆਪਣੇ ਥੋੜਾ ਜਿਹਾ ਲੋਕ ਜ਼ਿਆਦਾ ਹੁੰਦਾ ਵੀ ਅਗਲਾ ਕਹਿੰਦਾ ਆਈ ਚਲਾ ਲਾਂਗੇ ਕਾਹਨੂੰ ਪੈਸੇ ਲਾਉਣੇ ਨੇ ਹਾਂ ਵੀ ਕਾਹਨੂੰ ਪੈਸੇ ਲਾਉਣੇ ਲਓ ਜੀ 1,25,000 ਨਾ ਹਾਂ ਬਾਈ 1,25,000 ਤੇ 2009 ਮਾਡਲ ਸਵਿਫਟ ਹੈ ਜਿਹੜਾ ਤੁਹਾਨੂੰ ਕੰਮ ਦਿਖਦਾ ਇਹ ਹੋ ਕੇ ਮਿਲ ਜੂ ਠੀਕ ਹੈ ਬਾਈ ਜੀ ਲਓ ਜੀ ਅਗਲੀ ਕਾਰ ਆ ਗਈ ਆਪਣੇ ਲਵੇ ਸਕਾਰਪੀਓ ਐਮ ਹੌਕ ਹੈ ਵੀਰੇ ਹਾਂਜੀ ਬਾਈ ਕਿੰਨਾ ਮਾਡਲ ਹੈ ਇਹ ਵੀਰੇ 2014 ਮਾਡਲ ਆ ਜੀ ਹਾਂਜੀ VLX ਟੌਪ ਮਾਡਲ ਆ ਜੀ VLX ਹਾਂ VLX ਦੇ ਵਿੱਚ ਵੀ ਕਈ ਵੇਰੀਐਂਟ ਆ ਜਾਂਦੇ ਵੀਰੇ VLX ਚ ਇੱਕ ਕੱਲੇ ਕਰੂਜ਼ ਕੰਟਰੋਲ ਵਾਲੀ ਆ ਜਾਂਦੀ ਆ ਇੱਕ VLX ਦੇ ਵਿੱਚ ਇੱਕ 에ਅਰ ਬੈਗ ਵਾਲੀ ਆ ਜਾਂਦੀ ਆ ਇਹ VLX ਦੇ ਵਿੱਚ 2 에ਅਰ ਬੈਗ ਵਾਲੀ ਜਮਾ ਟੌਪ ਵਾਲਾ ਮਾਡਲ ਆ ਕਰੂਜ਼ ਕੰਟਰੋਲ ABS ਇੱਕ ਕਰੂਜ਼ ਕੰਟਰੋਲ ਹੁੰਦਾ ਕੀ ਆ ਸਾਡੇ ਮਿੱਤਰਾਂ ਨੂੰ ਦੱਸੋ ਕਰੂਜ਼ ਕੰਟਰੋਲ ਵੀਰੇ ਇਹ ਚ ਜਿਵੇਂ ਰੇਸ ਮੰਨ ਲਓ ਗੱਲ ਆਪਾਂ ਨੇ ਜਿਵੇਂ ਆਪਾਂ ਲੰਬੇ ਸਫ਼ਰ ਜ਼ਿਆਦਾਤਰ ਉਹਦਾ ਬੈਨੀਫਿਟ ਉਹਦਾ ਆ ਵੀਰੇ ਜਿਵੇਂ ਆਪਾਂ 4 ਲੈਣ ਤੇ ਮੰਨ ਲਓ ਅੰਮ੍ਰਿਤਸਰ ਨੂੰ ਜਾ ਰਹੇ ਹਾਂ ਲੰਬੇ ਰੂਟ ਤੇ ਜਾ ਰਹੇ ਹਾਂ ਆਪਾਂ ਕਹਿੰਦੇ ਪੈਰ ਦੋਹਣ ਲੱਗ ਗਿਆ ਰੇਸ ਦੱਬ ਕੇ ਹਨਾ ਉੱਥੇ ਕੀ ਹੁੰਦਾ ਉੱਪਰ ਉਹ ਰੇਸ ਆ ਉੱਥੋਂ ਹੱਥ ਨਾਲ ਬੰਦਾ ਆਰਾਮ ਨਾਲ ਡਰਾਈਵ ਕਰ ਲੈਂਦਾ ਉੱਥੋਂ ਹੀ ਘੱਟ ਜਾਂਦੀ ਆ ਉੱਥੋਂ ਬੰਦ ਵੀ ਹੋ ਜਾਂਦਾ ਕਈ ਬੰਦੇ ਡਰ ਵੀ ਜਾਂਦੇ ਨੇ ਵਿੱਚ ਮੇਰਾ ਮਿੱਤਰ ਸੀ ਉਹਨੂੰ ਚਲਾਉਣ ਲੱਗ ਗਿਆ ਉਹ ਕਹਿੰਦਾ ਟਰੈਕਟਰ ਵਾਂਗੂ ਕਿਤੇ ਆ ਜਾਂਦਾ ਨਹੀਂ ਵੀ ਹੱਥ ਮਾਰਨਾ ਪਊ ਵੀ ਘਟਾਉਣੀ ਵੀ ਪਊ ਜਦੋਂ ਤੁਸੀਂ ਬ੍ਰੇਕ ਦੱਬੋਗੇ ਉਹ ਆਟੋ ਕੱਟ ਹੋ ਜਾਂਦੀ ਹੁੰਦੀ ਆ ਠੀਕ ਹੈ ਤੇ ਕਿੰਨਾ ਮਾਡਲ ਸੀ 2000 ਇਹ ਵੀਰੇ 2014 ਮਾਡਲ ਫਸਟ ਓਨਰ ਗੱਡੀ ਆ ਹਜੇ 1-2 ਕੰਮ ਰਹਿ ਗਏ ਜਿਵੇਂ ਹਲਕੀ ਉੱਤੇ ਹੀ ਰਸਟਿੰਗ ਆ ਇਹ ਠੀਕ ਆ ਕੋਈ ਮਤਲਬ ਉਹ ਨਹੀਂ ਹੈਗੀ ਵੀ ਇੱਕ ਤਾਂ ਹੁੰਦਾ ਵੀ ਮੇਜਰ ਗਲੀ ਹੋਈ ਆ ਫਸਟ ਓਨਰ ਗੱਡੀ ਆ ਲਾਈਟਾਂ ਵੀਰੇ ਓਰੀਜਨਲ ਮੈਂ ਨਵੀਆਂ ਪਾਤੀਆਂ ਹਾਂ ਮੈਂ ਹਜੇ ਦਾ ਸ਼ੌਂਕ ਪੂਰਾ ਹਜੇ ਚ ਲਾਏ ਲੋ ਸਲਾਹ ਸੀਗੀ ਚੱਲ ਦੇਖਦੇ ਬਾਕੀ ਜੇ ਰਹਿ ਗਈ ਤਾਂ ਪਵਾ ਦਾਂਗੇ ਲਓ ਜੀ ਸਕਾਰਪੀਓ ਆ ਗਈ ਤੇ ਅੰਦਰੋਂ ਵੀ ਪੂਰੀ ਘੈਂਟ ਆ ਬਾਈ ਜੀ ਐਸੀ ਗੱਲ ਨਹੀਂ ਹੈਗੀ ਵੀ ਚਾਹੇ ਮਾਡਲ ਪਰ ਦੂਜੇ ਇਸ ਤੋਂ ਪਹਿਲਾਂ ਵਾਲਾ ਨਵੀਂ ਵਾਲੀ ਤੋਂ ਪਰ ਐ ਵੀ ਸੋਹਣੀ ਪੂਰੀ ਲੱਗਦੀ ਇੱਕ ਗੱਲ ਆ ਤੁਸੀਂ ਨਵੀਂ ਵਾਲੀ ਚਲਾ ਲਿਓ ਜਿਹੜੀ ਆਪਾਂ ਕਹਿੰਦੇ ਹੁੰਦੇ ਆ S10 ਜਾਂ 11-15 ਕੋਈ ਵੀ ਹੈ ਨਾ ਮੈਂ ਹੁਣ ਇਦੋਂ ਪਹਿਲਾਂ ਉਹ ਵੀ ਵੇਚੀ ਆ 15 ਮਾਡਲ ਵੀਰੇ ਉਹਦੇ ਮੁਕਾਬਲੇ ਹਨਾ ਮਤਲਬ ਇਹਦੇ ਮੁਕਾਬਲੇ ਉਹ ਗੱਡੀ ਕੁਛ ਵੀ ਨਹੀਂ ਹੈਗੀ ਇੰਜਨ ਵੀਰੇ ਸੇਮ ਇਹੀ ਆ ਸਾਰਾ ਕੁਛ ਸੇਮ ਹੁਣ S10 ਵਾਲੇ ਫੀਚਰ S10 ਚ ਕੀ ਆ 2 에ਅਰ ਬੈਗ ਨੇ ਕਰੂਜ਼ ਕੰਟਰੋਲ ਆ 5 ਗੇਅਰ ਆਹੀ ਇੰਜਨ ਹੈ ਮਹੌਕ ਵਾਲਾ ਇਹ ਉਹਦੇ ਵਿੱਚ ਦੇਖਿਆ ਨਾ ਇੱਕ ਡੈਸ਼ਬੋਰਡ ਚੇਂਜ ਕਰਿਆ ਨਾ ਵੀਰੇ ਬਸ ਇੱਕ ਪਿੱਛੋਂ ਤਾਂ ਵੀਰੇ 2 ਲਾਈਟਾਂ ਤੇ ਡਿੱਗੀ ਹੋਈ ਆ ਠੀਕ ਹੈ ਫਰੰਟ ਤੋਂ ਮਗਰਾਟ ਜਾਨੀ ਬਣ ਜਾਂਦੀ ਜੇ ਬਣਾਉਣੀ ਹੋਵੇ ਪਰ ਤੁਸੀਂ ਉਹ ਚਲਾ ਲਿਓ ਇਹ ਚਲਾ ਇਹ ਤੁਹਾਨੂੰ ਪੂਰੀ ਹੈਵੀ ਚੱਲਦੀ ਆ ਗੱਡੀ ਇਹਦੀ ਸਾਈਡ ਸੇਮ ਹੈ ਨਾ ਵੀਰੇ ਹਾਂ ਸੇ ਵੀਰੇ ਬਾਡੀ ਸੈਲ ਸੇਮ ਹੈ ਬਾਡੀ ਟਾਕੀਆਂ ਸਾਰਾ ਕੁਝ ਸੇਮ ਬਾਕੀ ਗ੍ਰਿਲ ਗ੍ਰੁਲ ਜੀ ਬਦਲੀ ਉਹ ਤਾਂ ਉਹ ਚੇਂਜ ਹੋ ਜਾਂਦੀ ਵੀਰੇ ਜੇ ਕਰਾਉਣੀ ਹੋਵੇ
ਇਹ ਗੱਡੀ 196,000 ਜੈਨੂਇਨ ਚੱਲੀ ਹੋਈ ਆ 196,000 ਆਪਾਂ ਚਾਬੀ ਲਾ ਕੇ ਚੈੱਕ ਕਰਾ ਦਈਏ ਆ ਜਾਓ ਬਾਈ ਲਓ ਜੀ ਆਪਣੀ ਆ ਤਾਂ ਆਪਾਂ ਇੰਜਨ 100% ਓਕੇ ਆ ਠੀਕ ਹੈ ਇਹ ਵੀ ਨਹੀਂ ਹੈਗਾ ਵੀ ਜੇ 196 ਚੱਲ ਗਈ ਅਗਲਾ ਕਹਿੰਦਾ ਵੀ ਕਹਿੰਦੀ ਇੰਜਨ ਉਹ ਚਾਬੀ ਲਾ ਕੇ ਚੈੱਕ ਕਰਾ ਦਿਓ ਗੇਅਰ 'ਚ ਸੀਗੀ ਸੈਲਫ ਨਾ ਮਾਰ ਦਿਓ ਲਓ ਚੈੱਕ ਕਰਾ ਦਿਓ पुराने मिल रही 60,000 पंगा खाना ना चाहे नहीं पेंदे वीरे स्पेसर पाने पेंदे ने हब दा फर्क है थोड़ा जा 4,65,000 है जी 4,00,000 ਵੀਰੇ 85,000 ਚ ਕੰਮ ਕਰਾ ਕੇ ਫਿਰ ਕੰਮ ਨਾ ਕਰ ਗੱਲ ਤਾਂ ਵੀਰੇ ਪਤਾ ਕੀ ਹੈ ਦੇਖ 4,85,000 ਉਹਦਾ ਐਨਓਸੀ ਪੰਜਾਬ ਦੀ ਆਇਆ ਹੁੰਦਾ ਵੀ ਚਲੋ ਯਾਰ ਦੇਖ ਲਈਏ ਆ ਜਦਾਂ ਸਾਹਿਬ ਜੀ ਕੀ ਵਾਰ ਠੀਕ ਹੈ ਕੰਮ ਟਾਇਰ ਪਵਾ ਕੇ ਦੋਨੇ ਵੀਰੇ ਟਾਇਰ ਪਾ ਕੇ ਮਿਲ ਟਾਇਰ ਪਵਾ ਕੇ ਮਾੜਾ ਮੋਟਾ ਟਚਿੰਗ ਜਿਮ ਬੰਪਰਾਂ ਦੀ ਟਚਿੰਗ ਨਹੀਂ ਸਿਰਫ ਸਾਈਡਾਂ ਬਾਕੀ ਸਾਫ ਆ ਸਾਰੇ ਸ਼ੀਸ਼ੇ ਨਾਲ ਦੇ ਆ ਫਸਟ ਓਨਰ ਆ ਲਓ ਜੀ ਦੋਸਤੋ ਠੀਕ ਹੈ ਜੀ ਕਾਲ ਕਰ ਲਿਓ ਸਤਨਾਮ ਮੋਟਰ ਬਾਲੀਆਂ ਚਲੋ ਠੀਕ ਹੈ ਬਾਈ ਜੀ ਕਾਲ ਕਰ ਲਿਓ ਸਤਨਾਮ ਮੋਟਰ ਵਾਲੀਆਂ ਜ਼ਿਲ੍ਹਾ ਸੰਗਰੂਰ ਤਹਿਸੀਲ ਧੂਰੀ ਸਤਿ ਸ਼੍ਰੀ ਅਕਾਲ ਜੀ।